हेलो फैमिली, वेलकम बैक टू चैनल वी आर वेल ब्रदर्स। सो गाइस, आज का व्लॉग बहुत ही ज्यादा आपकी डिमांड पे मना है। इनसेन लेवल के रिक्वेस्ट थे इसके ऊपर, तो आपको थंबनेल से पता लग चुका है। फिर भी एक बार बता दें। नहीं बताना नहीं है, पता लग गया होगा तो व्लॉग सीधा देखना। अभी आप करण का फेस देख सकते हो और उसके बाद आप फेस देख सकते हो। थोड़ा सा मैं बियर्ड को ट्रिम करवाने जा रहा हूँ, क्योंकि उसका प्रॉपर लुक देने भाई सब कुछ नहीं बताना। हमें हल्का सा चेंज करना पड़ेगा, ज्यादा नहीं करवा सकता क्योंकि मेरे को बाद में वीडियो भी बनानी है। मुंह का सत्यानाश से मारो, टाइम वेस्ट नहीं करते, फटाफट चलते हैं वीडियो में। ओ फक, हेलो हेलो, नखट्टा ना होवे किसी थां दा, कख नहीं सिखाया दी मां ने। हाय रब्बा, मर जा मैं किसे जाके। तो गाइज, हमें एकदम से याद आ गया कि पहली बार आज मंगलवार यहाँ पे शॉप्स नियर बाय बंद हैं, और दूसरा ये कि अब मैं थोड़े दिन पहले वैसे करा के आया था ट्रिमिंग, मेरा मन तो नहीं कर रहा है आपकी वजह से। ओ फक करते भाई, अब तो हो गया। ओ फक ओ शिट्टी, आ रहा तो सिद्धू है ना। ओ भाई, मैंने कहा ही था तुझे। ओ तेरी अद्धा नंबर फिर आने चाहिए थे ना। तुझे कौन सा मान दी। फेर ही लिए हमसा ला भाई। गाइस और रुक भरावा, गाइस मैं पूरा करके लास्ट लुक एक बार दिखाऊंगा, था मैंने पूरा करन दो। नाटी सौड़ दे सारा से बेचारे, पता नहीं की खांदा है। ए पागले पागले, चाय बना लिया की? क्या मैं कहीं चाय पियोगे? हाँ बना लो। जाना ए आ गए नहीं अभी तक। जा रहे चलना। A few moments later. Baby उठ जो, चाय ठंडी हो जानी है। बहुत गर्मी है। गुड मॉर्निंग। गुड मॉर्निंग। हाय। हेलो। थोड़े लिए स्पेशल ब्लैक टी। थोड़े कितने? मैं नहीं पींदा। एक्चुअली ना थोड़े वेट लेने में नहीं, थोड़ा वेट बहुत ज़्यादा बढ़ गया। नहीं वेट तो बाबू थोड़ा भी बढ़ गया। एक थोड़ी सी सी। तो फिर मैं कह रहा था। भांडे कख नहीं सिखाया दी मां ने, पता नहीं किथे बन गया। कुछ नहीं बाबू, बहुत सवाल बनाई तुसी। मर जा कंजरा जाके। हां जी बेबी, भांडे मांज है। और तू सब कुछ करना नहीं हुंदा है? ओ ना, ते भांडे नहीं मांजदी।
ਹੈਗੇ ਹੋਣਗੇ ਇੱਕ ਤਾਂ ਨਹੀਂ ਪਏ ਸੀਗੇ ਮਾਸਟਰ ਕੀ ਕਰਨਾ ਹੁਣ ਹਾਂਜੀ ਨਾਸ਼ਤਾ ਦੱਸੋ ਸਰਦਾਰ ਜੀ ਕੀ ਖਾਓਗੇ ਜੇ ਕੋਈ ਛਾਤਾ ਤਾਂ ਬਣਾ ਲੈ ਨਾ ਭਾਈ ਆਪਾਂ ਨੂੰ ਤਾਂ ਕੁਛ ਨਹੀਂ ਆਉਂਦਾ ਬੀਬੀ ਮਜ਼ਾਕ ਕਰਦਾ ਪਿਆ ਸੀਗਾ ਦੱਸੋ ਫਿਰ ਕੀ ਖਾਓਗੇ ਕੁਛ ਵੀ ਬਣਾ ਲਓ ਆਲੂ ਦੇ ਪਰੌਂਠੇ ਹਾਂ ਆਲੂ ਪਰੌਂਠੇ ਬਣਾ ਲਓ ਤੇ ਨਾਲ ਚਾਹ ਚਾਹ ਜ਼ਰੂਰ ਚਾਹ ਬਣਾ ਲਈ ਤੁਸੀਂ ਇੱਦਾਂ ਕਰੋ ਹੁਣ ਆਰਾਮ ਕਰੋ ਭਾਂਡੇ ਭੁੰਡੇ ਮਾਂਜ ਕੇ ਆਏ ਮੈਂ ਹੁਣੇ ਗਈ ਤੇ ਹੁਣੇ ਆਈ ਚੱਲ ਠੀਕ 5 ਮਿੰਟਾਂ ਚ ਮੇਰੀ ਗੱਲ ਸੁਣ ਚੁੱਪ ਕਰਕੇ ਸੋ ਜਾ ਗੱਲ ਤਾਂ ਦੱਸ ਚੁੱਪ ਕਰਕੇ ਸੋ ਜਾ ਕੰਜਰ ਖਾਨਾ ਨਹੀਂ ਮੁੱਕਦਾ ਕੀ ਹੈ ਮੈਂ ਕਹਿ ਰਹੀ ਸੀ ਕਿ ਮੇਰਾ ਸਰ ਹੈ ਦੁੱਖ ਤਾਂ ਚਲੋ ਮੈਂ ਦਬਾ ਦੂੰ ਹੈ ਖਾਣਾ ਪਕਾਣਾ ਹੈ ਖਾਣਾ ਪਕਾਣਾ ਸਿੱਧੇ ਹੀ ਕਹਦੇ ਉਹ ਮੈਂ ਪਕਾ ਦੂੰ ਸਰਦਾਰ ਸਾਹਿਬ ਮੈਨੂੰ ਪਹਿਲੇ ਪਤਾ ਸੀ ਸਿਰਫ ਤੁਸੀਂ ਅਜੇ ਮੇਰਾ ਦਰਦ ਸਮਝ ਸਕਦੇ ਹੋ ਸਰਦਾਰ ਸਾਹਿਬ ਮੈਂ ਸੁਣਨੀ ਆ ਤੁਸੀਂ ਜਾਓ ਦੋ ਬਣਾਈਓ ਮੇਰੀਆਂ ਪਰਾਂਠੀਆਂ ਸਰਦਾਰ ਜੀ ਹਾਂਜੀ ਤੁਸੀਂ ਪਰਸੋਂ 5 ਸਾਹਿਬ ਲੈ ਕੇ ਗਏ ਸੀ ਮੁੜਿਆ ਨਹੀਂ ਉਹ ਐਕਚੁਅਲੀ ਨਾ ਗੱਡੀ ਤੇਲ ਖਤਮ ਸੀਗਾ ਮੈਂ ਸ਼ਾਮੀ ਕਢਾ ਕੇ ਦੇ ਦਿੰਦਾ ਉਹ ਕੋਈ ਗੱਲ ਨਹੀਂ ਮੈਂ ਤਾਂ ਇਹ ਪੁੱਛਦੀ ਸੀ ਆਪਣਾ ਕਿਹੜਾ ਕੁਝ ਵੰਡੇ ਹੋਏ ਆ ਹਾਂ ਠੀਕ ਹੈ ਹਾਂ ਚਲੋ ਤੁਸੀਂ ਫੋਨ ਚਲਾਓ ਮੈਂ ਜੀ ਇੱਕ ਮਿੰਟ ਗੱਲ ਸੁਣੀ ਇੱਧਰ ਆ ਓ ਹੈਲੋ ਇੱਧਰ ਆ ਜੀ ਐ 15,000 ਮੈਂ ਯੂਜ਼ ਨਹੀਂ ਕੀਤਾ 15,000 ਕਿੱਦਾਂ ਕੱਟਿਆ ਗਿਆ ਉਹ ਨਾ ਐਕਚੁਅਲੀ ਮੈਂ ਨਾ ਥੋੜੀ ਸ਼ਾਪਿੰਗ ਕਰ ਰਹੀ ਸੀ ਥੋੜੀ ਸ਼ਾਪਿੰਗ 15,000 ਦੀ ਘੱਟ ਹੈ ਨਾ ਮੈਨੂੰ ਪਹਿਲੇ ਲੱਗਦਾ ਸੀ ਮੈਂ ਸੋਚਿਆ ਸੀ ਕਿ 25 ਤੱਕ ਕਢਾਉਣਾ ਚਾਹੀਦਾ ਯਾਰ ਮੇਰਾ ਏਟੀਐਮ ਬਿਨਾ ਪਿੱਛੇ ਤੋਂ ਯੂਜ਼ ਕੀਤਾ ਸਰਦਾਰ ਸਾਹਿਬ ਹੁਣ ਤੁਹਾਡਾ ਦੇਰ ਵੀ ਕੁਝ ਹੁੰਦੇ ਹੋਏ ਮੇਰੇ ਘਰਦਿਆਂ ਨੇ ਤੁਹਾਡੇ ਤੇ ਮੇਰੀ ਜ਼ਿੰਮੇਵਾਰੀ ਪਾਈ ਹੈ ਮੇਰੇ ਸਾਰਾ ਸ਼ੌਂਕ ਹੁਣ ਤੁਸੀਂ ਪੁਗਾਣੇ ਮੈਂ ਮੰਮੀ ਨੂੰ ਫੋਨ ਕਰਦੀ ਹਾਂ ਮੰਮੀ ਭਾਈ ਮਾਰੋ ਮੁਝ ਮਾਰੋ ਮੁਝੇ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਹੈ ਗੱਲ ਸੁਣਿਓ ਹਾਂਜੀ ਸ਼ਾਰਟ ਨਹੀਂ ਬੈਲ ਕਰਨੀ ਆਉਂਦੀ ਕਿੱਦਾਂ ਦੀ ਕੀਤੀ ਆ ਵੱਟੋ ਵੱਟ ਹੋਈ ਪਈ ਆ ਤੁਸੀਂ ਨਾ 24 ਘੰਟੇ ਵਿੱਚ ਨੁਕਸੇ ਲੱਭਦੇ ਰਹੇ ਕਦੀ ਆ ਨਹੀਂ ਠੀਕ ਕਦੀ ਉਹ ਨਹੀਂ ਠੀਕ ਕਦੀ ਇਹ ਨਹੀਂ ਆਉਂਦਾ ਕਦੀ ਉਹ ਨਹੀਂ ਆਉਂਦਾ ਕਦੀ ਸਬਜ਼ੀ ਕਦੀ ਰੋਟੀ ਕਦੀ ਖਾਣਾ ਕਦੀ ਪੀਣਾ ਕਦੀ ਨਾਣਾ ਕਦੀ ਧੋਣਾ ਕਦੀ ਦਈਏ ਹਾਏ ਰੱਬਾ ਮਰ ਜਾ ਮੈਂ ਕਿੱਥੇ ਜਾ ਕੇ ਤੁਹਾਨੂੰ ਪਤਾ ਇਹਦਾ ਸੁਣੋ 1-to-1 ਤੁਹਾਨੂੰ ਪਤਾ ਵਿਆਹ ਤੋਂ ਪਹਿਲਾਂ ਤੁਹਾਡੇ ਨਾਲ ਵਿਆਹ ਤੋਂ ਪਹਿਲਾਂ ਮੈਨੂੰ ਇੰਨੇ ਸੋਹਣੇ ਸੋਹਣੇ ਰਿਸ਼ਤੇ ਆਉਂਦੇ ਸੀ ਇੰਨੇ ਸਮਾਰਟ ਇੰਨੇ ਹੈਂਡਸਮ ਪਤਾ ਨਹੀਂ ਕਿਹੜੇ ਗੰਡੇ ਦਾ ਭੇਜਦਾ ਮੈਨੂੰ ਸਹੀ ਗੱਲ ਆ ਬਹੁਤ ਸਮਾਰਟ ਸੀਗੇ ਤਾਈ ਤੇਰੇ ਕੀ ਬੋਲਾਂ ਸਮਾਰਟ ਸੀ ਜਿੱਦੇ ਤੋਂ ਲੱਥ ਗਏ ਹੋ ਤੂੰ ਪੱਲੇ ਬੈਠ ਕੇ ਰਹਿ ਗਿਆ ਸੀ ਉਹ ਸਮਾਰਟ ਸੀ ਕਿ ਨਿਕਲ ਗਏ ਤੈਨੂੰ ਛੱਡ ਕੇ ਫੋਨ ਤੇ ਲੱਗੀ ਰਹਿਣਾ ਸਾਰਾ ਦਿਨ ਮੇਰੇ ਤੋਂ ਲੱਥ ਗਏ ਸੀ ਐਨੀਵੇ ਹੋ ਚਲ ਆਪੇ ਕਰਦੇ ਰਹਿਣਗੇ ਹੁਣ ਤੱਕ ਲੇਸ਼ ਪੈ ਹੀ ਗਿਆ ਹੁਣ ਆਪਣਾ ਜਿੰਮ ਕਰਕੇ तो गाइस आपकी वजह से हमें क्या क्या करना पड़ रहा है लिटरली बाहर भी निकल पा रहा हूँ ये लुक करने के बाद में बट फाइनली रात को अगर गेड़े भी माने गया तो हम फेस कवर करके गया मास्क लगा के जाना पड़ा मेरे को एक दिन में हो जाएगा वैसे ठीक कोई बड़ा वाला सीन नहीं है सो कैसा लगा आपको हमारा एज अ हस्बैंड वाइफ ये ज़रूर बताना और पार्ट टू कौन कौन देखना चाहता है ये भी ज़रूर बताना और पार्ट टू में बनने वाले हैं वाइफ प्रिंस
मगर मैं दाढ़ी नहीं करूंगा कट। दाढ़ी नहीं करेगा कोई सीन नहीं है, मैंने भी कर ली, मुझे लगा कि इसकी जरूरत नहीं थी वैसे। नहीं वैसे जरूरत नहीं थी, आप थोड़ा रियलिस्टिक दिखाने के लिए ये कर लिया। तो अब इतने एफर्ट्स करे, इतना कुछ करे, तो लाइक कमेंट शेयर सब्सक्राइब करना बनता है भाई। मैं कुछ बोलूं तो मैं आपको बताना चाहूंगा कि जो सेकंड पार्ट देखना चाहते हैं कमेंट बॉक्स में जरूर बताना कि आपको कैसा लगा। ढेर सारा प्यार देना तभी हम सेकंड पार्ट बनाएंगे। अगर इसको बढ़िया रिस्पांस आएगा तो हम सेकंड पार्ट बनाएंगे, नहीं तो नहीं बनाएंगे। तो लास्ट बस ये बताना चाहेंगे कि दिस इज एन अफर वीडियो, होप यू गाइस लव इट। अगर आपको वीडियो अच्छी लगी तो लाइक कमेंट शेयर सब्सक्राइब करना, नोटिफिकेशन बेल पे करना बिल्कुल मत भूलिएगा। और जल्दी मिलते हैं आपको नए ब्लॉग के साथ, तब तक के लिए बाय।